ਬੀਜੇਪੀ ਦੇ ਵੱਲੋਂ ਅੱਜ ਜਿਹੜਾ ਕਿ ਜ਼ਿਲ੍ਹਾ ਸਤਰ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਮੋਰਚਾ ਖੋਲ੍ਹਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਜਿਹੜੇ ਨਾਰੇ ਨੇ ਉਹ ਲਗਾਏ ਹੋਏ ਦੇਖੇ ਜਾ ਸਕਦੇ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਆ ਉਹ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇਹਦੇ ਪਿੱਛੇ ਕੀ ਕਾਰਨ ਹੈ ਆਓ ਜਾਣਦੇ ਹਾਂ। ਜ਼ਿਲ੍ਹਾ ਦੇ ਪ੍ਰਧਾਨ ਰਜਨੀਸ਼ ਧੀਮਾਨ ਜੀ ਦੇ ਆਦੇਸ਼ਾਂ ਅਨੁਸਾਰ ਲੁਧਿਆਣੇ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜੋ ਆਮ ਜਨਤਾ ਦੀ ਸਮੱਸਿਆ ਹੈ ਉਹਨੂੰ ਲੈ ਕੇ ਪੂਰੀ ਭਾਰਤੀ ਜਨਤਾ ਪਾਰਟੀ ਦਾ ਇਕੱਲਾ ਇਕੱਲਾ ਕਾਰਜਕਰਤਾ ਸੜਕਾਂ 'ਤੇ ਹੈ। ਲੋਕਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਬੜੇ ਹੀ ਵਿਸ਼ਵਾਸ ਦੇ ਨਾਲ ਅੱਜ ਤੋਂ 2 ਸਾਲ ਪਹਿਲੇ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡੇ ਮੈਜੋਰਿਟੀ ਦੇ ਨਾਲ 92 MLA ਦੇ ਕੇ ਸੱਤਾ 'ਤੇ ਵਿੱਚ ਲਿਆ, ਪਰ ਉਹਨਾਂ ਦੀ ਉਮੀਦਾਂ ਦੇ ਬਿਲਕੁਲ ਓਪੋਜ਼ਿਟ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਨੂੰ ਵੱਧ ਤੋਂ ਬਦਹਾਲ ਹਾਲਤ ਵਿੱਚ ਲਿਆ ਕੇ ਪਹੁੰਚਾਤਾ। ਜਿਸ ਤਰ੍ਹਾਂ ਕਿ ਤੁਸੀਂ ਆਮ ਜਨਤਾ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਜੋ ਬਿਜਲੀ ਦੇ ਕੱਟਾਂ ਦਾ ਜੋ ਹਾਲ ਇਸ ਟਾਈਮ ਚੱਲ ਰਿਹਾ, ਜੋ ਪਾਵਰ ਕਾਰਪੋਰੇਸ਼ਨ ਦਾ ਹਾਲ ਹੈ, ਰੋਜ਼ ਨਿੱਤ ਦਿਹਾੜੀ 4 ਤੋਂ 6 ਘੰਟੇ ਦੇ ਕੱਟ ਲਗਾਤਾਰ ਲੱਗ ਰਹੇ ਨੇ, ਆਮ ਜਨਤਾ ਪਰੇਸ਼ਾਨ ਹੈ, ਕੰਮਕਾਜੀ ਆਫਿਸ ਮੈਨ ਹਰ ਕੋਈ ਪਰੇਸ਼ਾਨ ਹੈ, ਇਨਵਰਟਰ ਤੱਕ ਫੇਲ ਹੋ ਗਏ ਨੇ ਲੋਕਾਂ ਦੇ, ਔਰ ਪੋਲਿਊਸ਼ਨ ਦੀ ਜਿੱਥੇ ਤੱਕ ਗੱਲ ਕਹੀ ਜਾਵੇ ਉਹਦੇ ਭਰਪਾਈ ਤਾਂ ਕੀ ਕਰਨੀ ਸੀ, ਉਲਟੋ ਜਨਰੇਟਰ ਚਲਾ ਚਲਾ ਕੇ ਉਲਟਾ ਪੋਲਿਊਸ਼ਨ ਹੋਰ ਵੱਧ ਰਿਹਾ। ਸੜਕਾਂ ਵੱਧ ਤੋਂ ਵੱਧ ਹਾਲ ਨੇ, ਕਾਰਪੋਰੇਸ਼ਨ 'ਚ ਸੁਣਵਾਈ ਨਹੀਂ ਹੈ, ਜੋ MLA ਸਾਹਿਬਾਨ ਤੋਂ ਇਲਾਵਾ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੈ, ਕਿਸੇ ਵੀ ਪਾਰਟੀ ਦਾ ਕਿਸੇ ਵੀ ਓਪੋਜ਼ਿਟ ਆਗੂ ਕੋਈ ਵੀ ਜਾਂਦਾ ਉਹਦੀ ਸੁਣਵਾਈ ਬਿਲਕੁਲ ਨਹੀਂ ਹੈ। ਸਟ੍ਰਿਕਟ ਇੰਸਟਰਕਸ਼ਨਸ ਨੇ ਸਿਰਫ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਜਾਂ MLA ਹੋਰਾਂ ਦੇ ਦੱਸੇ ਹੋਏ ਨੁਮਾਇੰਦਿਆਂ ਦੀ ਹੀ ਸੁਣਵਾਈ ਹੋ ਰਹੀ ਹੈ। ਇਹ ਸੰਘਰਸ਼ ਲੋਕਾਂ ਦੀ ਆਵਾਜ਼ ਲੈ ਕੇ ਅਸੀਂ ਲਗਾਤਾਰ ਲੋਕਾਂ ਦੇ ਵਿੱਚ ਜਾਂਦੇ ਰਹਾਂਗੇ, ਲੋਕਾਂ ਨੂੰ ਜਾਗਰੂਕ ਕਰਦੇ ਰਹਾਂਗੇ। ਵੈਸੇ ਤਾਂ ਦੇਖੋ ਜੀ, ਲੋਕਾਂ ਨੇ ਆਪਣਾ ਜਵਾਬ ਪਿਛਲੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਲੋਕਾਂ ਨੇ ਮੂੰਹ ਤੋੜ ਜਵਾਬ ਦੇ ਹੀ ਦਿੱਤਾ। ਇਹੀ ਕਾਰਨ ਹੈ ਕਿ ਪਿਛਲੇ ਸਵਾ ਸਾਲ ਤੋਂ ਜਾਂ 1.5 ਸਾਲ ਤੋਂ ਕਹਿ ਸਕਦੇ ਹਾਂ ਇਹਨਾਂ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੀ ਨਹੀਂ ਕਰਾਏ, ਕਿਉਂਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਇਹਨਾਂ ਨੂੰ ਪਤਾ ਲੱਗ ਚੁੱਕਾ, ਜਿਸ ਦੇ ਕਾਰਨ ਡਰ ਦੇ ਕਾਰਨ ਹੀ ਹੈ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨਸ ਵੀ ਨਹੀਂ ਕਰਵਾ ਰਹੇ। ਅਤੇ ਮੰਗ ਇਹੀ ਹੈ ਕਿ ਕਾਰਪੋਰੇਸ਼ਨ ਆਜ਼ਾਦ ਹੋ ਕੇ ਕੰਮ ਕਰੇ, ਆਪਣਾ ਲੋਕਾਂ ਦੀ ਭਲਾਈ ਲਈ, ਲੋਕਾਂ ਦੇ ਟੈਕਸਾਂ ਤੋਂ ਉਹਨਾਂ ਨੂੰ ਤਨਖਾਹਾਂ ਆ ਜਾਂਦੀਆਂ ਨੇ, ਜਿੰਨੇ ਵੀ ਡਿਪਾਰਟਮੈਂਟ ਨੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨ, ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਕਠਪੁਤਲੀ ਬਣ ਕੇ। Ich will keiner spricht, tauchen ab, sehen nix, denn der Nebel zu dicht. Morgen ist jetzt scheißegal, wir geben komplett Gas. Ja, hol doch die Bullen, wenn es dir nicht passt. Jiske karan ek bada hadsa ho jata hai, jisme ek is tipper driver ki maut ho jati hai. Tasveeron mein aap dekh sakte hain, jo ki khud bayan kar rahi hai ki kis tarah